ਤੁਹਾਡੀ ਮੁਲਾਕਾਤ ਕਰਾਉਣ ਜਾ ਰਿਹਾ ਹਿੰਦੂ ਭੂਸ਼ਣ ਜੀ ਤੇ ਉਹਨਾਂ ਦੇ ਵਾਈਫ ਨੇ ਆਸ਼ਾ ਰਾਣੀ ਜੀ। ਇਹਨਾਂ ਨੂੰ ਕਾਫੀ ਟਾਈਮ ਤੋਂ ਸਪਾਈਨ ਦੀ ਬੈਕ ਦੀ ਪ੍ਰੋਬਲਮ ਸੀ, ਠੀਕ ਹੈ ਜੀ। ਮੈਂ ਚਾਹੁੰਦਾ ਵੀ ਇੱਕ ਵਾਰੀ ਤੁਸੀਂ ਸਾਰੇ ਵੀਡੀਓ ਦੇਖ ਰਹੇ ਦਰਸ਼ਕ ਇਹਨਾਂ ਦੀ ਸਟੇਟਮੈਂਟ ਸੁਣੋ ਵੀ ਇਹ ਕਿੰਨੇ ਟਾਈਮ ਤੋਂ ਇਹ ਤਕਲੀਫ ਦੇ ਵਿੱਚ ਸੀਗੇ। ਹਾਂਜੀ ਹਿੰਦੂ ਭੂਸ਼ਣ ਜੀ, ਕੀ ਕਹਿਣਾ ਚਾਹੋਗੇ? ਸਰ ਦੇਖੋ, ਅਸੀਂ 7-8 ਸਾਲ ਤੋਂ ਸਰ 10 ਸਾਲ ਤੋਂ ਖੱਜਲ ਹੋਣੇ ਸੀ ਡਾਕਟਰ ਨਾਲ ਅੱਗੇ ਪਿੱਛੇ, ਮਗਰ ਅਸੀਂ ਕਾਫੀ ਸਾਰਾ ਪੈਸਾ ਵੀ ਖਰਚਿਆ, ਟਾਈਮ ਵੇਸਟ ਜੀ, ਮਨੀ ਵੇਸਟ, ਫਾਇਦਾ ਕੋਈ ਨਹੀਂ ਸਰ। ਫਿਰ ਸਾਨੂੰ ਸਰ ਕਿਸੇ ਸਲਾਹ ਦਿੱਤੀ ਕਿ ਡਾਕਟਰ ਰਾਮਾ ਨਾਲ ਕੰਟੈਕਟ ਕਰੋ। ਫਿਰ ਸਰ ਅਸੀਂ ਇੱਥੇ ਆਏ ਤੁਹਾਡੇ ਕੋਲ, ਤੁਸੀਂ ਸਾਡਾ 6-7 ਮਹੀਨੇ ਦਾ ਸਰ ਕੰਪਲੀਟ ਕਰ ਦਿੱਤਾ। ਸਾਨੂੰ ਸਰ ਤੁਹਾਡੇ ਨਾਲ ਮਿਲ ਕੇ ਬਹੁਤ ਖੁਸ਼ੀ ਔਰ ਬਹੁਤ ਸਮੋਸਾ ਲੱਗ ਰਿਹਾ। ਅਸੀਂ ਕਹਾਂਗੇ ਕਿ ਨੈਕਸਟ ਜਿਹੜੇ ਲੋਕ ਉੱਧਰ ਉੱਧਰ ਭੜਕਣ ਦੇ ਰਹੇ ਉਹ ਸਿੱਧੇ ਡਾਕਟਰ ਸਾਹਿਬ ਨੂੰ ਪੰਜਾਬ ਤੋਂ ਅੱਗੇ ਸੰਪਰਕ ਕਰ। ਠੀਕ ਹੈ ਜੀ, ਤੁਸੀਂ ਐਡੀ ਦੂਰ ਜੰਮੂ ਤੋਂ ਸਾਡੇ ਕੋਲ ਪਹੁੰਚਦੇ ਆ, ਮੰਨ ਲਓ ਹੁਣ ਤੁਹਾਨੂੰ ਕਿੱਦਾਂ ਲੱਗਾ ਪੰਜਾਬ ਆ ਕੇ, ਵੀ ਸਾਡਾ ਇਲਾਜ ਕਿਵੇਂ ਮਹਿਸੂਸ ਕਰਦੇ ਆ? ਆਸ਼ਾ ਰਾਣੀ ਜੀ, ਭੈਣ ਜੀ ਦੱਸੋ, ਤੁਸੀਂ ਸਾਹਮਣੇ ਸਾਡੇ ਦਰਸ਼ਕਾਂ ਨੂੰ ਦੱਸੋ। ਸਰ ਅਬ ਠੀਕ ਹੈ, ਕੋਈ ਦਿੱਕਤ ਤਾਂ ਨਹੀਂ ਤੁਹਾਨੂੰ ਘਰ ਕੰਮ ਕਰਨ ਦੇ ਵਿੱਚ, ਕੋਈ ਦਿੱਕਤ ਹੁੰਦੀ ਹੋਵੇ, ਕੋਈ ਤੁਹਾਨੂੰ ਉੱਠਣ ਬੈਠਣ ਚੁੱਕਣ ਚ? ਨਹੀਂ ਸਰ। ਘਰ ਦੇ ਕੰਮ ਕਾਰ ਸਾਰੇ ਕਰਦੇ ਹੋ? ਹੁਣ ਕੋਈ ਕਮਰ ਚ ਕੋਈ ਲੈਗ ਚ ਪੇਨ, ਕੋਈ ਨੈਕ ਚ ਕੋਈ ਪੇਨ ਤੁਹਾਨੂੰ? ਨਹੀਂ ਸਰ। ਠੀਕ ਹੈ ਜੀ, ਹੋਰ ਜਿਹੜੇ ਵੀਡੀਓ ਦੇਖ ਰਹੇ ਦਰਸ਼ਕ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੂੰ ਰੀੜ੍ਹ ਦੀ ਹੱਡੀ ਦਾ ਆਪਰੇਸ਼ਨ ਦੱਸਿਆ? ਉਹਨਾਂ ਨੂੰ ਸਰ ਅਸੀਂ ਇਹੋ ਸੰਦੇਸ਼ ਦੇਵਾਂਗੇ ਕਿ ਤੁਸੀਂ ਡਾਕਟਰ ਰਾਮਾ ਨਾਲ ਸੰਪਰਕ ਕਰੋ ਔਰ ਇਹਨਾਂ ਨੂੰ ਮਿਲੋ ਔਰ ਪੈਸੇ ਉਡਾਉਣ ਤੋਂ ਬਚਾਉਣ ਤੋਂ ਬਚ ਜਾਓਗੇ, ਆਪਣਾ ਟਾਈਮ ਤੁਹਾਡਾ ਕਵਰ ਜਲਦੀ ਹੋ ਜਾਏਗਾ। ਠੀਕ ਹੈ, ਆ ਕੇ ਮਿਲੋ। ਥੈਂਕ ਯੂ ਸੋ ਮਚ ਜੀ।